ਸੱਚੇ ਸੁੱਚੇ ਸਿੱਖ ਦਾ ਰੋਲ ਕਰਨਾ, ਫਿਰ ਉਹ ਇਸ ਤਰ੍ਹਾਂ ਦਾ ਨਾ ਹੋਵੇ ਕਿ ਜਿਹਦੇ ਨਾਲ ਅਸੀਂ ਮਜ਼ਾਕ ਦਾ ਪਾਤਰ ਬਣੀਏ। ਹੀਰੋ ਸਿਰਫ ਗੱਪਾਂ ਮਾਰ ਲਈ ਹੁੰਦਾ ਪ੍ਰੈਸ ਕਾਨਫਰੰਸ 'ਚ ਵੀ ਮੈਂ ਬੜਾ ਔਖਾ ਨਿਭਾਇਆ, ਫਿਰ ਮੈਂ ਕੁਛ ਨਹੀਂ ਕੀਤਾ, ਕਿ ਅਸੀਂ ਜਿਹੜਾ ਸਰਦਾਰ ਪੇਸ਼ ਕਰਿਆ ਸੀ ਉਹ ਸਿਸਟਮ ਦੇ ਮੂੰਹ 'ਤੇ ਚਟਾਕਾ ਸੀ। ਹੀਰੋ ਸਿਰਫ ਗੱਪਾਂ ਮਾਰ ਲਈ ਹੁੰਦਾ ਪ੍ਰੈਸ ਕਾਨਫਰੰਸ 'ਚ ਵੀ ਮੈਂ ਬੜਾ ਔਖਾ ਨਿਭਾਇਆ, ਫਿਰ ਮੈਂ ਕੁਛ ਨਹੀਂ ਕੀਤਾ। ਸਰ ਮੈਂ ਮੇਰੀ ਇਮਤੋਜ ਨਾਲ ਮੈਂ ਇਸ ਇੰਡਸਟਰੀ ਸਾਰੇ ਨਵੇਂ ਬੱਚੇ ਅੱਛਾ ਕੰਮ ਕਰਦੇ, ਪਰ ਇਸ ਤਰ੍ਹਾਂ ਦੀ ਫਿਲਮ ਲਈ ਸਿਰਫ ਇਮਤੋਜ ਹੀ ਬੈਸਟ ਹੈ, ਇਹ ਗਰੰਟੀ ਹੈ। ਤੋ ਮੈਂ ਜਦੋਂ ਸੈੱਟ 'ਤੇ ਜਾਂਦਾ ਸੀ, ਇਹ ਗੁਰਪ੍ਰੀਤ ਡਾਇਲਾਗ ਲੈ ਕੇ ਆਉਂਦਾ ਸੀ, ਮੈਨੂੰ ਕਹਿੰਦਾ ਪੜ੍ਹ ਲੈ, ਮੈਂ ਕਹਿੰਦਾ ਨਹੀਂ ਪੜ੍ਹਨਾ ਨਹੀਂ, ਤੂੰ ਸੁਣਾ ਦੇ, ਇਹ ਸੁਣਾ ਕੇ ਚਲਾ ਜਾਂਦਾ ਸੀ। ਅੱਛਾ, ਹੁਣ ਜਿਹੜਾ ਡਾਇਰੈਕਟਰ ਐਕਟਰ ਹੁੰਦਾ ਉਹਦੇ ਦਿਮਾਗ 'ਚ ਇੱਕ ਖਿਆਲ ਹੁੰਦਾ ਕਿ ਮੈਨੂੰ ਇੱਦਾਂ ਦੀ ਵਾਕ ਚਾਹੀਦੀ ਹੈ ਅਤੇ ਇੱਦਾਂ ਜਿਹੜਾ ਤੁਹਾਡਾ ਥਰੋ ਚਾਹੀਦਾ। ਤਾਂ ਉਹ ਜਦੋਂ ਅਮਿਤੋਜ ਬੈਠਦਾ ਸੀ, ਉਹਨੇ ਕਹਿਣਾ ਹਾਂ ਡਾਇਲਾਗ ਆ, ਤਾਂ ਮੈਂ ਕਿਹਾ ਤੂੰ ਇੱਧਰ ਆ ਜਾ, ਤੂੰ ਕਰਕੇ ਦਿਖਾ ਦੇ, ਮੈਂ ਉੱਥੇ ਖੜ੍ਹਦਾ। ਉਹ ਕਰਦਾ ਸੀ ਅਤੇ ਮੈਂ ਬਾਅਦ 'ਚ ਕਰਿਆ ਹੁੰਦਾ ਸੀ, ਸੌਖਾ ਸੀ ਮੇਰੇ ਲਈ। ਸੋ ਇੱਕ ਡਾਇਰੈਕਟਰ ਦਾ ਐਕਟਰ ਹੋਣਾ ਜ਼ਰੂਰੀ ਹੈ। ਦੇਖੋ ਆਪਾਂ ਛੋਟੇ ਹੁੰਦਿਆਂ ਨੇ ਸ਼ੋਲੇ ਫਿਲਮ ਦੇਖੀ ਸੀ, ਅੱਜ ਵੀ ਤੁਹਾਨੂੰ ਇੱਕ ਇੱਕ ਕਿਰਦਾਰ ਕਾਲੀਆ ਸਾਂਭਾ ਸਭ ਯਾਦ ਰਹਿੰਦਾ ਨਾ। ਤੋ ਮੈਂ ਇਹ ਤਾਂ ਨਹੀਂ ਦਾਵਾ ਕਰਦਾ, ਕਿਉਂਕਿ ਸਾਡੀ ਅਜੇ ਜਿਹੜੀ ਪੰਜਾਬੀ ਟਰੈਟਰੀ ਆ ਉਹ ਹਿੰਦੀ ਵਾਲਿਆਂ ਦੀ ਸਭ ਤੋਂ ਥੋੜ੍ਹੀ ਜਿਹੀ ਵਾਸਟ ਹੈ, ਬਟ ਤੁਸੀਂ ਇਹ ਫਿਲਮ ਦੇ ਕਿਰਦਾਰ ਜਿੱਦਾਂ ਹਸ਼ਰ ਦੇ ਤੁਹਾਨੂੰ ਅਜੇ ਵੀ ਯਾਦ ਹੋਣੇ ਕੁਛ ਕਿਰਦਾਰ ਹਨ, ਇਸ ਫਿਲਮ ਦੇ ਤੁਹਾਨੂੰ ਯਾਦ ਰਹਿਣਗੇ। ਤੁਹਾਨੂੰ ਇਸ ਨੌਜਵਾਨ ਤੋਂ ਜਾਂ ਗੁਰਪ੍ਰੀਤ ਜੋ ਕਰੂਗਾ ਸਾਰੇ ਤੁਹਾਨੂੰ ਚੇਤੇ ਰਹਿਣਗੇ। ਟੀਮ ਕਦੇ ਕਦੇ ਬਣਦੀ ਹੈ। ਜਦੋਂ ਅਸੀਂ ਹਮਾਇਆ ਬਣਾਈ ਸੀ ਤਾਂ ਬਹੁਤ ਅੱਛੀ ਟੀਮ ਸੀ, ਇੱਕ ਸਫਲ ਫਿਲਮ ਬਣਾਈ। ਔਰ ਮੇਰਾ ਮੰਨਣਾ ਕਿ ਜੇ ਪੱਗ ਬੰਨੀ ਹੈ ਜਾਂ ਸਰਦਾਰ ਜਾਂ ਪੰਜਾਬੀ ਦਾ ਰੋਲ ਕਰਨਾ ਤਾਂ ਜਾਂ ਉਸ ਤਰ੍ਹਾਂ ਜਾਂ ਸੱਚੇ ਸੁੱਚੇ ਸਿੱਖ ਦਾ ਰੋਲ ਕਰਨਾ, ਫਿਰ ਉਹ ਇਸ ਤਰ੍ਹਾਂ ਦਾ ਨਾ ਹੋਵੇ ਕਿ ਜਿਹਦੇ ਨਾਲ ਅਸੀਂ ਮਜ਼ਾਕ ਦਾ ਪਾਤਰ ਬਣੀਏ। ਇਸੇ ਕਰਕੇ ਅਸੀਂ ਬਾਲੀਵੁੱਡ ਗਏ ਸੀ, ਇਸੇ ਕਰਕੇ ਸਾਡੀ ਉੱਥੇ ਬਹੁਤ ਲੋਕਾਂ ਨਾਲ ਬਣੀ ਨਹੀਂ, ਕਿ ਅਸੀਂ ਜਿਹੜਾ ਸਰਦਾਰ ਪੇਸ਼ ਕਰਿਆ ਸੀ ਉਹ ਸਿਸਟਮ ਦੇ ਮੂੰਹ 'ਤੇ ਚਟਾਕਾ ਸੀ। ਅਸੀਂ ਅਸਲੀ ਪਿਕਚਰ ਪੇਸ਼ ਕਰੀ ਸੰਘਰਸ਼ੀਆਂ ਦੀ। ਸੋ ਇਸ ਕਰਕੇ ਹਰ ਕਿਰਦਾਰ ਦਾ ਹੋਣਾ ਜ਼ਰੂਰੀ ਹੈ, ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ। ਜਿਹੜੀਆਂ ਫਿਲਮਾਂ ਫਲੋਪ ਹੋ ਜਾਂਦੀਆਂ ਉਹ ਸਾਡੀਆਂ ਕੁਛ ਗਲਤੀਆਂ ਕਰਕੇ ਹੋ ਜਾਂਦੀਆਂ।